ਮੈਂ ਕਹਿੰਦਾ ਯਾਰ ਕੰਮ ਹੋਵੇ ਨਕਦੋ ਨਕਦੀ ਬਸ। ਉਧਾਰ ਵਾਲਾ ਫਿਰ ਤੈਨੂੰ ਪਤਾ ਯਾਰ ਵਾਧਾ ਘਾਟਾ ਹੁੰਦਾ ਰਹਿੰਦਾ ਬੰਦੇ ਨਾਲ। ਇਸ ਵਜ੍ਹਾ ਤੋਂ ਨਾ ਅੱਬੂ ਦੇ ਪ੍ਰੋਗਰਾਮ ਸੀਗਾ ਵੀ ਪਵਾ ਲਵੇ, ਲੇਕਿਨ ਮੈਂ ਕਹਿੰਦਾ ਵੀ ਯਾਰ ਕੋਈ ਨਹੀਂ ਅੱਲਾ ਖੈਰ ਕਰੂਗਾ ਵੱਡੇ ਭਾਈ, ਫਿਰ ਤਨਖਾਹ ਆਉਣੀ ਮਹੀਨੇ ਡੇਢ ਤਾਈਂ, ਮਹੀਨੇ ਕੁ ਤਾਈਂ ਵੀ ਫਿਰ ਬੰਦਾ ਚੱਜ ਦੇ ਹੱਥ ਬੰਦਾ ਲਵਾ ਲਵੇ। ਮਜ਼ਦੂਰ ਬੰਦਾ ਤੈਨੂੰ ਪਤਾ ਤੈਨੂੰ ਹੁਣ ਮਜ਼ਦੂਰੀ ਉਧਾਰ ਤੇ ਨਾ ਕੀਤੀ ਰੱਖਾਂ ਤੇ ਤੈਨੂੰ ਕਿਹੜੀ ਗੱਲ ਦਾ ਫਾਇਦਾ। ਇਹ ਹੈ ਕਿ ਚਲੋ ਅੱਲਾ ਖੈਰ ਕਰੇ ਫਿਰ ਕਰਵਾਊਂਗਾ ਤੇ ਤੂੰ ਹੀ ਕਰਨਾ ਯਾਰ, ਹੋਰ ਅਸੀਂ ਕਿਸੇ ਕੋਲ ਜਾਣਾ ਨਹੀਂ ਨਾ ਹੀ ਸਾਨੂੰ ਜ਼ਰੂਰਤ ਜਾਣ ਦੀ। ਉਹ ਇਹ ਕਿ ਜਦੋਂ ਬੰਦਾ ਪੱਕਾ ਗਾਹਕ ਹੋ ਜਾਵੇ ਨਾ ਫਿਰ ਅਗਲਾ ਦਿਲ ਨਾਲ ਵੀ ਕੰਮ ਕਰਦਾ ਤੇ ਗੁੰਜਾਇਸ਼ ਵੀ ਕਰ ਦਿੰਦਾ। ਬਿਲਕੁਲ ਬਲੋ ਸਦੀਕ ਸੀ ਨਾ, ਅਸੀਂ ਟਰੈਕਟਰ ਕਢਵਾਇਆ ਸੀਗਾ ਤਕਰੀਬਨ ਅੱਜ ਤੋਂ 30-40 ਸਾਲ ਪਹਿਲੇ, 88 ਮਾਡਲ ਆ ਉਦੋਂ ਦਾ। ਉਹ ਯਾਨੀ ਕਿ ਉਹਦੇ ਇਲੈਕਟ੍ਰੀਸ਼ਨ ਉਦੋਂ ਦਾ ਕੰਮ ਕਰਦਾ ਰਿਹਾ, ਸਿਰਫ ਜਨਰੇਟਰ ਇਲੈਕਟ੍ਰੀਸ਼ਨ ਤਾਰਾਂ ਸ਼ਾਰਾਂ ਬੈਟਰੀ ਦਾ ਬਲਬ ਦਾ ਸਾਰਾ ਕੁਛ। ਅਤੇ ਮੈਂ ਫਿਰ ਅੱਲਾ ਖੈਰ ਕਰੇ ਜਦੋਂ ਹੋਇਆ ਅਤੇ ਉਸ ਤੋਂ ਬਾਅਦ ਮੈਂ ਉਹਨੂੰ ਪੈਸਾ ਧੇਲਾ ਵੀ ਨਹੀਂ ਸੀ ਦਿੰਦਾ ਹੈਗਾ, ਉਹਨੂੰ ਮੈਂ ਆ ਜਾਣਾ ਕਰਾ ਕੇ ਪਿੱਛੇ। ਫਿਰ ਅੱਬਾ ਉਹਨੂੰ ਦਿੰਦਾ ਰਹਿੰਦਾ ਸੀਗਾ ਆਪ ਹੀ, ਅਤੇ ਉਹਨੇ ਵੀ ਕਦੀ ਮੇਰੇ ਤੋਂ ਨਹੀਂ ਮੰਗੇ। ਉਹਨੇ ਅੱਬੂ ਨੇ ਫਿਰ ਬਾਅਦ 'ਚ ਨਾ ਉਹਨੂੰ ਪੁੱਛਣਾ ਹਾਂ ਵੀ ਕਿੰਨੇ ਰੁਪਏ ਬਣੇ ਆ ਬਈ, ਆ ਬਈ ਇੰਨੇ ਰੁਪਏ ਬਣ ਗਿਆ ਵੀ ਚਲੋ ਉਹਨੇ ਰੁਪਏ ਦੇਣੇ, ਯਾਨੀ ਕਿ ਇੰਨਾ ਉਹਦਾ ਤਲਕ ਵਾਸਤਾ ਬਣ ਗਿਆ ਸੀਗਾ। ਹੁਣ ਤਾਂ ਉਹ ਚਲਾ ਗਿਆ ਛੱਡ ਕੇ ਆਪਣਾ ਹਰਨੋਲੀ ਜੋਰਾਬਾਦ, ਜੋਰਾਬਾਦ ਦਾ ਸੀ ਮਕਾਨ ਸ਼ਕਾਨ ਉਹਨੇ ਇੱਥੇ ਬਣਾਇਆ, ਕਿਰਾਏ 'ਤੇ ਦੇ ਕੇ ਤਾਂ ਆਪਣਾ ਆਰਾਮ ਨਾਲ ਗਿਆ।
ਠੀਕ ਹੈ ਚਲੋ ਜਨਾਬ ਵਾਲੇਕੁਮ ਅਸਲਾਮ ਜਨਾਬ 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 ਠੀਕ ਗਰਮੀ ਮਜ਼ਾ ਕਰੇ ਜੀ ਹਾਂ ਜੀ ਹਾਂ ਸ਼ੁਕਰ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਉਹ ਕਰਕੇ ਨਹੀਂ ਸਫਾਈ ਕੀਤੀ ਸੀ ਨਾ ਅਤੇ ਉਹ ਮੈਂ ਗੱਲ ਥਿਗੜੀ ਨਾਲ ਬਾਂ ਉਹ ਤਾਂ ਨਿਕਲ ਆਈ ਇੱਥੇ ਬਾਂ ਜਿਹੜਾ ਚੁੱਪ ਲਗਾ ਅੱਛਾ ਉਹ ਥੋੜ੍ਹੀ ਜਿਹੀ ਚੱਲੀ ਹੈ ਨਾ ਡੱਠੀ ਦਲਾਬ ਕਰ ਗਈਆਂ ਥੱਲਾ ਦਾ ਮੈਂ ਆਖਾਂ ਚੱਲ ਅਸਲ ਤਾਂ ਮੈਂ ਸੈਲਫੀਆਂ ਲਾਈਆਂ ਸ਼ੀਸ਼ੇ 'ਤੇ ਉਸਤਾਦ ਮੈਨੂੰ ਵੀ ਯਾਦ ਆਇਆ ਇਹ ਮੇਰੀ ਜਿਹੜੀ ਆ ਡੀਜ਼ਲ ਵਾਲੀ ਹੈ ਨਾ ਸੂਈ ਪੈਟਰੋਲ ਵਾਲੀ ਸੂਈ ਉਹ ਸੁੱਚ ਬੰਦ ਕਰੋ ਅਤੇ ਉਹ ਬਹਿ ਨਹੀਂ ਜਾਂਦੀ ਥੱਲੇ ਨਹੀਂ ਨਹੀਂ ਬੰਦ ਅੱਛਾ ਅੱਛਾ ਜਿੱਥੇ ਆਉਂਦੀ ਮੈਂ ਗੱਲ ਦਹੀਂ ਰਹਿੰਦੀ ਨਹੀਂ ਸਹੀ ਰਹਿੰਦੀ ਜਿਹਨੇ ਜਿਹਨੇ ਪੈਟਰੋਲ ਖਤਮ ਸੀ ਤਾਂ ਚੱਲਿਆ ਅੱਛਾ 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 ਉਹ ਇਹ ਜਿੱਥੇ ਵਧੀਆ ਰਹਿ ਗਿਆ ਤਾਂ ਹੀ ਵਧੀਆ ਜੋ ਕਿ ਅੱਬੂ ਮੈਨੂੰ ਕਹਿੰਦਾ ਸੀ ਤੂੰ ਚੈੱਕ ਕਰਾਈ ਇਹ ਨਾ ਹੋਵੇ ਕਿਤੇ ਵੀ ਇਹ ਥੱਲੇ ਆਉਣੀ ਚਾਹੀਦੀ ਆ ਮੈਂ ਕਿਹਾ ਯਾਰ ਹੀਟ ਵਾਲੀ ਜਿਹੜੀ ਆ ਉਹ ਆ ਜਾਂਦੀ ਆ ਇਹ ਨਹੀਂ ਆਉਂਦੀ ਥੱਲੇ ਇਹ ਸਭ ਦੀ ਇੰਝ ਹੁੰਦੀ ਸਿਰਫ ਕਲਟਸ ਦੀ ਹੁੰਦੀ ਆ ਪੁਰਾਣੇ ਮਾਡਲ ਦੀ ਨਹੀਂ ਆ ਰਹੇ ਨਵੇਂ ਮਾਡਲ ਦੇ ਥੱਲੇ ਆ ਰਹੇ ਅੱਛਾ ਸਭ ਕਾਰਾਂ ਦੀ ਪੁਰਾਣੇ ਮਾਡਲ ਦੀ ਸਾਰਾ ਦੀ ਸਹੀ ਹੈ ਬਸ ਇਹ ਤਾਂ ਫਿਰ ਤੁਹਾਨੂੰ ਪਤਾ ਮਾਡਲ ਤੱਕ ਲੈ ਚੇਂਜ ਕਰ ਲੈਣਾ ਸਸਪੈਂਸ ਹੀ ਪਾਉਣ ਵਾਸਤੇ ਬਈ ਪਰੇਸ਼ਾਨ ਸੀ ਯਾਰ ਮੈਂ ਹੁਣ ਮੇਰੀ ਸੂਈ ਡਾਂਦੀ ਹੈ ਤੇ ਤੇਰੀ ਇਹਨੇ ਡਾਂ ਤੂੰ ਚਾਚੇ ਦੀ ਡਾਂਦੀ ਹੈ ਉਹੀ ਨਾ ਬੁੱਢਾ ਬੰਦਾ ਦੀ ਡਾਂਵੇਂਦੀ ਹੈ ਤੇ ਮੇਰੀ ਕਿੰਨੀ ਅੱਛਾ ਰਹਿ ਇਹ ਮੈਂ ਜੋ ਸਭ ਪਰੇਸ਼ਾਨ ਕਰੇ ਨੇ ਕਾਲਾ ਦਾ ਮੀਟਰ ਸਾਫ ਕੀਤਾ ਇੱਕ ਵਿੱਚ ਬੱਤੀ ਨਾਈ ਬਲਦੀ ਉਹ ਬਲਬ ਨਵਾਂ ਪਾਇਆ ਸੀ ਅੱਛਾ ਮੀਟਰ ਸਾਫ ਕੀਤਾ ਸੀ ਉਹ ਵੈਂ ਤੋਂ ਸੂਈ ਕਿਹੜੇ ਹਲ ਗਈ ਹੈ ਨਾ ਉਹ ਤੇ ਨਿਕਲ ਆਈ ਉਹ ਥੋੜ੍ਹੀ ਜਿਹੀ ਗਿਆ ਦੋ ਦਿਨ ਆਪ ਸਹੀ ਡਾਪ ਇਹ ਕਾਰ ਕਿੰਨੇ ਸੀਸੀ ਦੀ ਹੁੰਦੀ ਆ ਜੀ ਉਹ ਕਾਰ ਜਿਹੜੀ ਤੁਹਾਡੇ ਵਾਲੀ ਕਿੰਨੀ 1000 ਸੀ 1000 ਸੀਸੀ ਇਹਦੇ ਨਾਲ ਦੀ ਹੈ ਇਹ ਵੀ 1000 ਇਹ ਇਸ ਤੋਂ ਬਾਅਦ ਉਹ ਆਈ ਹੈ ਨਾ ਇਹਦਾ ਉਸ ਤੋਂ ਬਾਅਦ ਇਹ ਆਈ ਹੈ ਆਹੋ ਅੱਛਾ ਯਾਨੀ ਕਿ ਉਹ ਵੀ ਕਲਟਰ ਵਿੱਚ ਸ਼ਾਮਲ ਹੈ ਸ਼ੈਨ ਹਰ ਸ਼ੈ ਬਰਾਬਰ ਹੈ ਆ ਬਿਲਕੁਲ ਸਿਰਫ ਬਾਡੀ ਚੇਂਜ ਹੈ ਉਸ ਤੋਂ ਜਿਉਂ ਗੇਅਰ ਸ਼ੇਰ ਹਰ ਸ਼ੈ ਇੱਕ ਸ਼ੈ ਉਹ ਪਹਿਲੇ ਹੀ ਖੈਬਰ ਤੇ ਵਾਤ ਆ ਗਈ ਕਲਟਸ ਸਹੀ ਹੈ ਇਹ ਕਿੰਨੇ ਕਿਲੋਮੀਟਰ ਕਰ ਜਾਂਦੀ ਹੈ ਇੱਕ ਕਿਲੋ ਇੱਕ ਲੀਟਰ ਇਹ ਤਕਰੀਬਨ ਕਰ ਜਾਂਦੀ ਹੈ 18 ਉਹ ਇਹ ਤਾਂ ਨਹੀਂ ਕਰਦੀ ਕਰਨਾ ਤਾਂ ਚਾਹੀਦਾ ਯਾਰ ਉਂ ਯਾਰ ਉਸਦੀ ਨਾ ਬਾਹਵੇਂ ਵੇ ਮੇਰੀ ਨਹੀਂ ਜਿਤਨੀਆਂ ਹੀ ਖੈਬਰਾਂ ਵਧੀਆ ਇਹਨਾਂ ਦੀ ਐਵਰੇਜ ਜ਼ਿਆਦਾ ਪਤਾ ਨਹੀਂ ਕੀ ਫੰਕਸ਼ਨ ਇਹਨਾਂ ਦਾ ਕੋਈ ਤਾਂ ਫਿਰ ਚੇਂਜਿੰਗ ਕੀਤੀ ਆ ਇਹ ਤਾਂ ਮੈਨੂੰ ਲੱਗਦਾ ਨਹੀਂ ਕਰਦੀ ਇਹ ਮੇਰੇ ਖਿਆਲ ਘੱਟ ਕਰਦੀ ਹਾਂ ਇਹ ਘੱਟ ਹੀ ਕਰਦੀ ਆ ਕਦੀ ਅਸੀਂ ਲਏ ਵੀ ਨਵੀਆਂ ਅਤੇ ਲੰਬੇ ਰੂਟ ਲਈ ਵੀ ਨਹੀਂ ਗਏ 12-15 ਕਰਦੀ ਹੈ ਭੈਣ ਮੇਰੇ ਦੇਖਣਾ 12-15 ਹਾਂ ਇੰਨਾ ਤਕਰੀਬਨ ਕਰਦੀ ਆ
ਅਸਲ ਸਲਫ ਇਹਨਾਂ ਨੇ ਬੜੀ ਗਲਤ ਜਗ੍ਹਾ 'ਤੇ ਲਾਇਆ। ਹੁਣ ਟਰੈਕਟਰ ਜਾਂ ਦੂਈ ਮਸ਼ੀਨਰੀ ਹੈ ਨਾ, ਉਹਦੇ ਸਾਹਮਣੇ ਲੱਗੇ ਆ, ਬੰਦਾ ਖੋਲ੍ਹੇ ਅਤੇ ਦਸਤੀ ਜੋੜ ਦਿੰਦਾ। ਇਹਦਾ ਤਾਂ ਹੁਣ ਇਹ ਦੇਖੋ ਨਾ ਕਿੰਨਾ ਜ਼ਲਾਲ ਆ, ਤਾਂ ਖੱਪਣਾ ਖਪਾਉਣੀ। ਮੈਂ ਤਾਂ ਦੱਸਾਂ ਜੀ, ਕਿਉਂਕਿ ਸਲਫ ਤਾਂ ਉੱਥਾਂ ਹੀ ਲੱਗਣਾ ਜਿੱਥੇ ਉਸ ਇੰਜਣ ਨੂੰ ਫੇਰਨੇ। ਬਸ ਬਣਾਵਟ ਇਸ ਤਰੀਕੇ ਨਾਲ ਬਣਾਉਣੀ ਚਾਹੀਦੀ ਹੈ ਨਾ ਵੀ ਉਹਨਾਂ ਕੰਜਰਾਂ ਤਾਂ ਹਰ ਸ਼ੇ ਲਾਉਣੀ। ਕੋਈ ਨਾ, ਹੁਣ ਇਹ ਦੇਖੋ ਨਾ ਜਿਹੜੇ ਉਤਲੇ ਪੈਪ ਸ਼ੈਪ ਲੱਗੇ ਆ, ਇਹਨਾਂ ਨੂੰ ਹੱਕ ਸੀਗਾ ਉਹਨਾਂ ਕੋਲ ਤਾਂ ਹੋਵੇ ਨਾ, ਜਿੱਦਾਂ ਆਸਾਨੀ ਨਾਲ ਖੋਲ੍ਹ ਕੇ ਅਤੇ ਬੰਦਾ ਕਰ ਲਵੇ। ਉਹਨਾਂ ਦਾ ਹੋਰ ਹਿਸਾਬ ਹੈ ਸਾਰਾ, ਹੋਰ ਹਿਸਾਬ ਇਹ ਤਾਂ ਹੈ। ਉਹਨਾਂ ਇਹ ਪੂਰਾ ਇੰਜਣ ਬਾਹਰ ਫਿੱਟ ਕਰਕੇ ਅਤੇ ਬਾਅਦ ਵਿੱਚ ਰੱਖਦੇ ਹਨ। ਉਹ ਖੁੱਲ੍ਹੀ ਜਗ੍ਹਾ 'ਤੇ ਸਲਾ ਵੀ ਲਾ ਛੋੜੇ ਨੇ, ਜਨਰੇਟਰ ਵੀ ਲਾ ਛੋੜੇ ਨੇ, ਸਭ ਕੁਛ ਲਾ ਕੇ ਅਤੇ ਬਾਡੀ ਦੇ ਵਿੱਚ ਰੱਖ ਕੇ ਅਤੇ ਪੋਜੀਸ਼ਨ ਟਾਈਟ ਕਰਕੇ ਉੱਥੋਂ ਆ ਪੈਪ ਲਾ ਦੇ। ਆਸਾਨ ਖੋਲ੍ਹਾਉਂਦਾ ਸਹੀ ਬਹਿਣ ਜਾਵੇ। ਹਾਂ ਇਹ ਤਾਂ ਗੱਲ ਬਸ ਇਲੈਕਟ੍ਰੀਸ਼ੀਅਨ ਵੀ ਬਸ ਚੋਤੇ 'ਚ ਫੰਗੋਰ ਨਿਕਲਵਾ ਦਾ ਉਹ ਤਾਂ ਕੱਢੇ ਨੇ ਬਾਹਰ। ਜੀ ਮੈਂ ਆਰਾਮ ਮੇਰੇ ਨਾਲ ਗੱਪ ਸ਼ੱਪ ਲਾਵਾਂ, ਤਸੱਲੀ ਨਾਲ ਸਲਫ ਲਾਓ ਬਾਈ ਜੀ, ਪਾਓ ਇਹਦਾ ਵੱਧ ਪਸੀਨਾ ਸੁਕਾਵੇਂ, ਵੱਧ ਉਸ ਤੋਂ ਬਾਅਦ ਪਿੱਛੋਂ ਖਲੀਏ, ਵੱਧ ਉਸਦਾ ਹੀਟਰ ਖੋਲ੍ਹ ਕੇ ਅਤੇ ਦੇਖਾ ਠੀਕ। ਉਹ ਨੰਬਰ ਚੱਲਦੇ ਵਧੇ ਹਨ ਸੁਈ ਡਾ ਗਈ, ਉਹ ਤਾਂ ਤੂੰ ਦੇਖਣ ਉਹਦੇ ਡੂਹੇ ਰਹੀ ਨਹੀਂ ਕੀਤਾ ਕਿਹੜਾ ਪਈ ਮੈਂ ਕੋ ਹਾਂਜੀ ਜਾਏ ਉੱਚੀ ਸਿੱਕੀ ਹੈ ਨਾ, ਬਸ ਇਹੀ ਤਾਂ ਗੱਲ ਆ। ਨਾਲੇ ਯਾਰ ਸਲਫ ਹੈ ਇਹ ਬੜੀ ਔਖੀ ਜਗ੍ਹਾ 'ਤੇ ਲੱਗਾ, ਉਹ ਪੈਪਾਂ ਨੂੰ ਬੈਂਡ ਸ਼ੈਂਡ ਦੇ ਦਿੰਦੇ ਨਾ ਉਹ ਤਾਂ ਵੀ ਸੀ। ਅੱਛਾ
ਬਈ ਤੁਹਾਡਾ ਉਹ ਰਾਰ ਇਹਲਾ ਪਾਸਾ ਨਹੀਂ ਲੱਗਦਾ ਇੱਥੋਂ ਲੈ ਕੇ ਜੋ ਉੱਥੇ ਤਾਂ ਚੱਲ ਜੇ ਨਾ ਪੈਪ ਅਤੇ ਪੈਪ ਲੱਗਣਾ ਤਾਂ ਚਾਹੀਦਾ ਵੈਸੇ ਇੱਥੋਂ ਇੱਥੋਂ ਨਹੀਂ ਟਪਾ ਕੇ ਦੇਖੋ ਹਾਂ ਭਲਾ ਲੱਗਦਾ ਕਿ ਨਹੀਂ ਲੱਗ ਜਾਓ ਤਲ ਇਹਨੂੰ ਯਾਰ ਮੈਂ ਤਾਂ ਕਹਿੰਦਾ ਖੋਲ੍ਹ ਕੇ ਪੱਕਾ ਕੰਮ ਕਰ ਦਿਉ ਇਹਦਾ।